ਪੰਚਾਇਤੀ ਚੋਣਾਂ ਦਾ ਖਮਿਆਜ਼ਾ ਭੁਗਤਣਗੇ ਸਰਕਾਰੀ ਸਕੂਲ ਦੇ ਵਿਦਿਆਰਥੀ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਨਿੱਜੀ ਸਕੂਲਾਂ ਨਾਲੋਂ ਜਿੱਥੇ ਪਹਿਲਾਂ ਹੀ ਪੜ੍ਹਾਈ ਵਿੱਚ ਪਛੜੇ ਹੋਏ ਹਨ, ਉੱਥੇ ਹੀ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੇ ਪੰਚਾਇਤ ਮੈਂਬਰਾਂ ਦੀਆਂ ਨਾਮਜ਼ਦਗੀਆਂ ਲਈ ਪਾਤੜਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 11 ਕਮਰੇ ਚੋਣ ਅਮਲੇ ਨੂੰ ਦੇ ਦਿੱਤੇ ਜਾਣ ਨਾਲ 300 ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਮਤਿਹਾਨ ਨੇੜੇ ਹੋਣ ਕਾਰਨ 11ਵੀਂ ਤੇ 12ਵੀਂ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਚੋਣਾਂ ਮਾਰੂ ਸਾਬਤ ਹੋਣਗੀਆਂ, ਉੱਥੇ ਸਕੂਲ ਵਿੱਚ ਲੱਗ ਰਹੀਆਂ ਬਾਕੀ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਉਣਾ ਅਧਿਆਪਕਾਂ ਲਈ ਮੁਸ਼ਕਿਲ ਹੋ ਚੁੱਕਾ ਹੈ। ਸਾਡੇ ਬੱਚੇ 950 ਨੇ ਸਕੂਲ ਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ, ਜਿਸ ਕਰਕੇ ਆਹ ਨੋਮੀਨੇਸ਼ਨ ਦੇ ਜੋ ਕਾਗਜ਼ ਭਰੇ ਜਾ ਰਹੇ ਨੇ ਉਹਦੇ ਕਰਕੇ ਸਾਨੂੰ 11ਵੀਂ ਅਤੇ 9ਵੀਂ ਕਲਾਸ ਦੀ ਛੁੱਟੀ ਕਰਨੀ ਪਈ ਹੈ। ਬਾਕੀ ਦੇ ਬੱਚੇ ਪਰੇਸ਼ਾਨ ਨੇ, ਪੜ੍ਹਾਈ ਸਾਡੀ ਡਿਸਟਰਬ ਹੋ ਰਹੀ ਹੈ ਅਤੇ ਸਾਡੀ ਸਰਕਾਰ ਤੋਂ ਮੰਗ ਹੈ ਵੀ ਇਹ ਖੁੱਲ੍ਹੇ ਸਥਾਨ 'ਤੇ ਜਾਂ ਕਿਸੇ ਹੋਰ ਬਿਲਡਿੰਗ ਦੇ ਵਿੱਚ ਨਹੀਂ, ਸਾਡੇ ਕੋਲ ਕੋਈ ਸਰਕਾਰੀ ਅਸੀਂ ਐਸ ਡੀ ਓ ਮੈਡਮ ਦੇ ਕਹਿਣ 'ਤੇ ਹੀ ਇਹ ਕਮਰੇ ਦਿੱਤੇ ਨੇ। ਕਿਉਂਕਿ ਨਹੀਂ ਮੈਡਮ ਸਾਡੇ ਕੋਲ ਸ਼ਾਮ ਨੂੰ ਆਏ ਸੀ ਸਕੂਲ ਟਾਈਮ ਤੋਂ ਬਾਅਦ ਅਤੇ ਉਹ ਸਿਲੈਕਟ ਕਰਕੇ ਚਲੇ ਗਏ। ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਬੱਚਿਆਂ ਦੀ ਡਿਸਟਰਬੈਂਸ ਹੋਊਗੀ ਅਤੇ ਮੈਡਮ ਨੇ ਪੁੱਛਿਆ ਵੀ ਕਹਿੰਦੇ ਵੀ ਤੁਸੀਂ ਬੱਚਿਆਂ ਨੂੰ ਕਿੱਥੇ ਕਲਾਸਾਂ ਲਾਓਗੇ ਅਤੇ ਅਸੀਂ ਦੱਸਿਆ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਦੱਸ ਦਿਓ ਕਿੱਥੇ ਲਾਉਣੀ ਅਸੀਂ ਉੱਥੇ ਲਾ ਲਾ। ਸਟੱਡੀ ਸਾਡੇ ਬੱਚਿਆਂ ਦੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਦੋ ਕਲਾਸਾਂ ਨੇ ਜਿਹਦੇ ਵਿੱਚ ਸਾਡੇ ਕੋਲ 300 ਬੱਚਾ ਹੈਗਾ ਅਤੇ 9ਵੀਂ ਅਤੇ 11ਵੀਂ ਦੇ ਵਿੱਚ, ਉਹਨਾਂ ਨੂੰ ਸਾਨੂੰ ਛੁੱਟੀ ਕਰਨੀ ਪਈ। ਸਰਕਾਰ ਨੂੰ ਚਾਹੀਦਾ ਸੀ ਵੀ ਨੋਮੀਨੇਸ਼ਨ ਲਈ ਕੋਈ ਵਧੀਆ ਬਿਲਡਿੰਗ ਜਿੱਥੇ ਕਮਰੇ ਜ਼ਿਆਦਾ ਹੋਣ ਅਤੇ ਉਸ ਥਾਂ 'ਤੇ ਮਤਲਬ ਪ੍ਰਬੰਧ ਕਰਨਾ ਚਾਹੀਦਾ। ਇਸ ਸੰਬੰਧੀ ਮਹਿਲਾ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਦੇ ਚੱਲਦਿਆਂ ਉਹਨਾਂ ਦਾ ਕਮਰੇ ਵਿੱਚੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਹਾਂਜੀ, ਦੇਖੋ ਪਰੇਸ਼ਾਨੀ ਬੀਂਗ ਆ ਸਟਾਫ ਮੈਂਬਰ, ਸਾਨੂੰ ਇਹ ਪਰੇਸ਼ਾਨੀ ਆ ਰਹੀ ਹੈ ਕਿ ਇੰਨੇ ਆਊਟਸਾਈਡਰਸ ਨੇ ਜਿਹੜੇ ਸਾਡੇ ਸਕੂਲ ਕੈਂਪਸ 'ਚ ਆਏ ਨੇ, ਸਾਨੂੰ ਬਾਹਰ ਨਿਕਲਣ 'ਚ ਵੀ ਦਿੱਕਤ ਆ ਰਹੀ ਹੈ। ਸੈਕਿੰਡਲੀ ਜਿਹੜੇ ਬੱਚੇ ਹੈਗੇ ਨੇ ਬੋਰਡ ਦੀਆਂ ਕਲਾਸਿਸ ਦੇ ਸੀਨੀਅਰ ਬੱਚੇ ਨੇ, ਦੇਖੋ ਉਹਨਾਂ ਦੀ ਸਿਕਿਉਰਿਟੀ ਦਾ ਵੀ ਮੈਟਰ ਹੈਗਾ ਇਹ, ਕਿਉਂਕਿ ਅਸੀਂ ਉਹਨੂੰ ਇੱਕ ਮਿੰਟ ਲਈ ਵੀ ਅਸੀਂ ਉਹਨਾਂ ਨੂੰ ਇਕੱਲੇ ਨਹੀਂ ਛੱਡ ਸਕਦੇ, ਔਰ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਮੇਨਲੀ ਉਹ ਬਹੁਤ ਡਿਸਟਰਬ ਹੋ ਰਹੀ ਹੈ, ਜਿਹਦੇ ਕਰਕੇ ਸਾਨੂੰ ਉਹਨਾਂ ਨੂੰ ਰਿਸੈਸ ਤੋਂ ਬਾਅਦ ਛੁੱਟੀ ਵੀ ਕਰਨੀ ਪਈ ਹੈ। ਜਿਹੜੇ ਸੀਨੀਅਰ ਮੋਸਟ ਕਲਾਸਿਸ ਨੇ ਉਹਨਾਂ ਨੂੰ ਸਾਨੂੰ ਆਲਰੇਡੀ ਛੁੱਟੀ ਕਰਨੀ ਪਈ ਹੈ। ਮਤਲਬ ਸਾਡਾ ਮੇਨ ਮੋਟਿਵ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਪੜ੍ਹਾਈ ਦਾ, ਉਹ ਬਹੁਤ ਜ਼ਿਆਦਾ ਡਿਸਟਰਬ ਹੋ ਰਿਹਾ, ਅਤੇ ਸੈਕਿੰਡਲੀ ਸਾਨੂੰ ਲੇਡੀਜ਼ ਸਟਾਫ ਮੈਂਬਰ ਨੂੰ ਰੂਮ 'ਚੋਂ ਬਾਹਰ ਨਿਕਲਣਾ ਵੀ ਔਖਾ। ਦੇਖੋ ਕੋਈ ਰਿਟਨ ਇਨਫੋਰਮੇਸ਼ਨ ਤਾਂ ਨਹੀਂ ਹੈ, ਜਿੰਨੀ ਕਿ ਸਾਨੂੰ ਓਵਰਹੈਡ ਨੌਲੇਜ ਹੈਗੀ ਹੈ ਉਹਦੇ ਅਕੋਰਡਿੰਗ ਇਹ 3-4 ਦਿਨਾਂ ਦਾ ਹੋਰ ਪ੍ਰੋਸੈਸ ਹੈ, ਔਰ ਸਾਨੂੰ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੋਰ ਵੀ ਜ਼ਿਆਦਾ ਪਰੇਸ਼ਾਨੀ ਹੈਗੀ ਜਿਹੜੀ ਝੱਲਣੀ ਪਏਗੀ, ਕਿਉਂਕਿ ਬੋਰਡ ਦੀਆਂ ਕਲਾਸਿਸ ਦੇ ਪੇਪਰ ਸਿੱਧੇ ਨੇ ਔਰ ਸਾਨੂੰ ਛੁੱਟੀ 'ਤੇ ਛੁੱਟੀ ਕਰਨੀ ਪੈਣੀ ਹੈ। ਉਧਰ ਇਸ ਸਬੰਧੀ ਜਦੋਂ SDM ਪਾਤੜਾਂ ਪਾਲਿਕਾ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਉਹਨਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਪਾਤੜਾਂ ਤੋਂ ਅਜੀਤ ਵੈਬ ਟੀਵੀ ਲਈ ਜਗਦੀਸ਼ ਸਿੰਘ ਕੰਬੋਜ ਦੀ ਰਿਪੋਰਟ। ਨੋਮੀਨੇਸ਼ਨ ਨੂੰ ਲੈ ਕੇ ਜੇ ਅਸੀਂ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿਖੇ ਸਾਰੇ ਆਰਓਜ਼ ਤੇ ਆਰਓਜ਼ ਨੂੰ ਸਟੇਸ਼ਨ ਕੀਤਾ, ਇੱਕ ਇੱਕ ਸੈਪਰੇਟ ਰੂਮ ਜਿਹੜਾ ਹੈਗਾ ਸਾਰੇ ਆਰਓਜ਼ ਨੂੰ ਦਿੱਤਾ ਗਿਆ, ਜਿਹਦੇ ਵਿੱਚ ਕਿ ਨੋਮੀਨੇਸ਼ਨ ਪੱਤਰ ਲੈਣਗੇ, ਉਹਨਾਂ ਦੀ ਸਕਰੂਟਨੀ ਅਤੇ ਵਿਦਰੋਲ ਦਾ ਕੰਮ ਵੀ ਜਿਹੜਾ ਹੈਗਾ ਉੱਥੋਂ ਹੀ ਹੋਏਗਾ। ਇਸ ਤੋਂ ਇਲਾਵਾ ਜਿਹੜਾ ਸਟਰੋਂਗ ਰੂਮ ਹੈ ਉਹ ਨਿਆਲ ਕਾਲਜ ਬਣਾਇਆ ਗਿਆ, ਪੋਲਿੰਗ ਪਾਰਟੀਜ਼ ਨੂੰ ਉੱਥੇ ਡਿਸਪੈਚ ਕਰਨਾ, ਸਮਾਨ ਦੇਣਾ, ਉਹ ਸਾਰਾ ਕੰਮ ਨਿਆਲ ਕਾਲਜ ਤੋਂ ਕੀਤਾ ਜਾਏਗਾ। ਇਸਦੇ ਨਾਲ ਨਾਲ ਅਸੀਂ ਸਫੀਸ਼ੀਐਂਟ ਜਿਹੜੀ ਹੈ ਪੁਲਿਸ ਫੋਰਸ ਵੀ ਉੱਥੇ ਡਿਪਲੋਏ ਕੀਤੀ ਹੋਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਹੋਵੇ। ਥੋੜ੍ਹਾ ਬਹੁਤ ਤਾਂ ਅਸੀਂ ਸਮਝਦੇ ਹਾਂ, ਕਿਉਂਕਿ ਥੋੜ੍ਹੀ ਬਹੁਤ ਇਨਕਨਵੀਨੀਅੰਸ ਤਾਂ ਹੋ ਰਹੀ ਹੈ ਉਹਦੇ ਰਿਗਾਰਡਿੰਗ, ਅਸੀਂ ਟ੍ਰੈਫਿਕ ਵਗੈਰਾ ਦੇ ਨੂੰ ਪ੍ਰੋਪਰਲੀ ਮੈਨੇਜ ਕਰਨ ਲਈ ਮੈਂ DSP ਸਾਹਿਬ ਨੂੰ ਕਹਿ ਦਿੱਤਾ ਹੋਇਆ ਤਾਂ ਕਿ ਕੱਲ੍ਹ ਤੋਂ ਕੋਈ ਗੱਡੀਆਂ ਵਗੈਰਾ ਅੰਦਰ ਨਾ ਲੱਗਣ ਅਤੇ ਬਾਕੀ ਜਿਹੜੀ ਪਬਲਿਕ ਨੂੰ ਇਨਕਨਵੀਨੀਅੰਸ ਕੋਈ ਟ੍ਰੈਫਿਕ ਦੀ ਹੋ ਰਹੀ ਹੈ ਉਹਨੂੰ ਮੈਨੇਜ ਕੀਤਾ ਜਾ ਸਕੇ। ਮੇਰੇ ਕੋਲ ਇੱਦਾਂ ਦੀ ਕੋਈ ਅਜੇ ਕੰਪਲੇਂਟ ਤਾਂ ਆਈ ਨਹੀਂ ਹੈਗੀ ਕਿ ਕੋਈ ਰਿਟਰਨ 'ਚ ਕੋਈ ਮੈਨੂੰ ਦੇ ਕੇ ਗਿਆ ਹੋਵੇ, ਅਤੇ ਬਾਕੀ ਤਾਂ ਹੁਣ ਚਲੋ 2 ਦਿਨ ਹੀ ਨੇ। ਸੋ ਨਹੀਂ ਨਹੀਂ ਅਸੀਂ ਇੱਦਾਂ ਹੁਣ ਇੱਕਦਮ ਚੇਂਜ ਨਹੀਂ ਕਰ ਸਕਦੇ ਹੈਗੇ ਪ੍ਰਬੰਧ, ਉਹ ਤਾਂ ਉੱਥੇ ਹੀ ਰਹੇਗਾ। ਬਾਕੀ ਮੈਨੂੰ ਅਜੇ ਕੋਈ ਰਿਟਰਨ ਕੰਪਲੇਂਟ ਵੀ ਇਸ ਰਿਗਾਰਡਿੰਗ ਨਹੀਂ ਆਈ।